ਨਾਭਾ ਵਿੱਚ ਜੈਤੋ ਮੋਰਚੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਵਿੱਚ ਪਟਿਆਲਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਈਆ, ਸਪੀਕਰ ਕੁਲਤਾਰ ਸਿੰਘ ਸੰਧਵਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸ਼ਿਰਕਤ ਕੀਤੀ। ਨਾਭਾ ਤੋਂ ਜਤਿੰਦਰ ਕੁਮਾਰ ਦੀ ਰਿਪੋਰਟ। ਕਿਰਪਾਨ ਸਾਹਿਬ ਜੀ ਦਾ ਸਾਕਾ ਵਾਪਰਿਆ ਔਰ ਉਸ ਰੋਸ ਵਜੋਂ ਜਿੱਥੇ ਸਮੁੱਚੇ ਸੰਸਾਰ ਦੇ ਸਿੱਖਾਂ ਨੇ ਆਪਣੇ ਸਿਰਾਂ ਤੇ ਕਾਲੀਆਂ ਦਸਤਾਰ ਸਜਾਈਆਂ, ਮਹਾਰਾਜਾ ਨਾਭਾ ਰਿਪੂ ਦਮਨ ਸਿੰਘ ਜੀ ਹੋਰਾਂ ਨੇ ਵੀ ਆਪਣੇ ਸਿਰ ਦੇ ਉੱਤੇ ਕਾਲੀਆਂ ਦਸਤਾਰ ਸਜਾਈ ਰੋਸ ਕੀਤਾ, ਕਿਉਂਕਿ ਉਹ ਪਰਿਵਾਰ ਹੈ, ਇਹ ਉਹ ਧਰਮੀ ਰਾਜਿਆਂ ਦਾ ਪਰਿਵਾਰ ਹੈ ਜਿਸ ਮਹਾਰਾਜਾ ਹੀਰਾ ਸਿੰਘ ਨੇ ਇੱਕ ਚੌਪੜੇ 'ਤੇ ਬੈਠ ਕੇ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਠ ਸਰਵ ਕੀਤਾ। ਭਾਈ ਨਰੈਣ ਸਿੰਘ ਜੀ ਹੋਰਾਂ ਨੇ ਇੱਕ ਚੌਪੜੇ 'ਤੇ ਪਾਠ ਕੀਤਾ ਅਤੇ ਮਹਾਰਾਜਾ ਹੀਰਾ ਸਿੰਘ ਜੀ ਹੋਰਾਂ ਨੇ ਇੱਕ ਚੌਪੜੇ 'ਤੇ ਬੈਠ ਕੇ ਸਾਰੀ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੰਪੂਰਨ ਪਾਠ ਅਖੰਡ ਪਾਠ ਹੋਇਆ ਇੱਕ ਚੌਪੜੇ 'ਤੇ ਬੈਠ ਕੇ ਸਰਵਣ ਕੀਤਾ। ਮਹਾਰਾਜਾ ਸਾਹਿਬ ਨੇ ਆਪਣੇ ਸੀਸ ਤੇ ਕਾਲੀ ਦਸਤਾਰ ਸਜਾਈ, ਵੀ ਕਹਿ ਲਓ ਕਿ ਕਾਲੀ ਦਸਤਾਰ ਸਜਾਉਣਾ ਵੀ ਮੋਰਚੇ ਦੀ ਅਹਮਤਾ ਸੀ। ਜਬਰੀ ਗੱਦੀ ਤੋਂ ਲਾ ਦਿੱਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਸ ਵਜੋਂ ਮਤਾ ਪਾਸ ਕੀਤਾ। ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਬ੍ਰਿਟਿਸ਼ ਗਵਰਨਮੈਂਟ ਵੱਲੋਂ ਦੋਵੇਂ ਗੈਰ ਕਾਨੂੰਨੀ ਕਰਾਰ ਦੇ ਦਿੱਤੇ ਗਏ। ਹੈਲੋ ਐਵਰੀਵਨ, ਮੈਂ ਪਰਮਿੰਦਰ ਕੌਰ, ਡੋਗਰਾ ਪੈਰਾਮੈਡੀਕਲ ਗੁਰੂਕੁਲ ਹੁਸ਼ਿਆਰਪੁਰ ਦੇ ਐਡਮਿਸ਼ਨ ਸੈੱਲ ਤੋਂ ਤੁਹਾਨੂੰ ਗੁਰੂਕੁਲ ਵਿੱਚ ਕਰਵਾਏ ਜਾਂਦੇ ਪੈਰਾਮੈਡੀਕਲ ਕੋਰਸਿਸ ਬਾਰੇ ਜਾਣੂ ਕਰਵਾਵਾਂਗੀ, ਜਿਨ੍ਹਾਂ ਵਿੱਚੋਂ ਮੁੱਖ ਕੋਰਸ ਲੈਬੋਰਟਰੀ, ਐਕਸਰੇ, ਓਟੀ, ਪੇਸ਼ੈਂਟ ਕੇਅਰ, ਕਾਰਡੀ ਕੇਅਰ, ਡਾਇਲਿਸਿਸ, ਹੋਸਪਿਟਲ ਮੈਨੇਜਮੈਂਟ, ਓਪਥੈਲਮਿਕ। ਇਸ ਤੋਂ ਇਲਾਵਾ ਡਿਪਲੋਮਾ ਇਨ ਫਿਜ਼ੀਓਥੈਰੇਪੀ, ਡੂਰੇਸ਼ਨ 2 ਈਅਰਸ, ਐਲੀਜੀਬਿਲਟੀ 10th ਐਂਡ ਪਲੱਸ 2, ਅਤੇ ਪ੍ਰੈਕਟੀਸ਼ਨਰ ਦੇ ਲਈ CMSED ਕੋਰਸ ਜੋ ਕਿ WHO ਤੋਂ ਮਾਨਤਾ ਪ੍ਰਾਪਤ ਹੈ, ਜਿਸ ਦੀ ਡੂਰੇਸ਼ਨ 18 ਮੰਥ ਹੈ। ਇਸ ਨੂੰ ਕਰਨ ਦੀ ਐਲੀਜੀਬਿਲਟੀ ਮੈਕਸੀਮਮ 10th ਪਾਸ ਹੈ। ਇਸ ਦੇ ਨਾਲ ਹੀ ਨੈਨੀ ਕੇਅਰ ਕੋਰਸ ਜੋ ਕਿ 6 ਮੰਥ ਦਾ ਹੈ, ਇਸ ਕੋਰਸ ਨੂੰ ਕਰਨ ਤੋਂ ਬਾਅਦ ਤੁਸੀਂ ਚਾਈਲਡ ਕੇਅਰ, ਡਿਸੇਬਲਡ ਕੇਅਰ, ਮੈਟਰਨਲ ਕੇਅਰ, ਓਲਡ ਏਜ ਕੇਅਰ ਦੇ ਸਰਟੀਫਿਕੇਟ ਪ੍ਰਾਪਤ ਕਰਦੇ ਹੋ, ਜਿਸ ਦੇ ਤਹਿਤ ਤੁਸੀਂ ਵਿਦੇਸ਼ਾਂ ਵਿੱਚ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਐਡਮਿਸ਼ਨ ਅਤੇ ਹੋਰ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਪਤੇ 'ਤੇ ਸੰਪਰਕ ਕਰੋ। ਧੰਨਵਾਦ।